ਅੱਜ ਜਿਹੜਾ ਤੁਹਾਨੂੰ ਘੋੜਾ ਦਿਖਾਉਣਾ ਨਾ ਹੈ ਤਾਂ ਇਸ ਘੋੜੇ ਦੇ ਹਿਸਾਬ ਨਾਲ ਇਹਦੇ ਨਾਲ ਬੇਇਨਸਾਫੀ ਵਾਲੀ ਗੱਲ ਹੀ ਕਿ ਵੀਡੀਓ ਆ ਜਿਹੜੀ ਉਹ ਮੈਂ ਆਪਦੀ ਤਸੱਲੀ ਨਾਲ ਨਹੀਂ ਬਣਾ ਸਕਿਆ ਕਿਉਂਕਿ ਬਾਈ ਪਾਲੀ ਤੂਰ ਹੋਣਾ ਕੋਲੇ ਨਾ ਸਬੱਦੀ ਕਲਾ ਸਾਡਾ ਅਚਾਨਕ ਢੇੜਾ ਵੱਜਿਆ ਸੀ ਤੇ ਛਾਪਾ ਹੀ ਮਾਰ ਲਿਆ ਤੇ ਜੇ ਤਾਂ ਬੰਦੇ ਨੇ ਸੱਦਿਆ ਹੋਵੇ ਜਾਂ ਕਿਵੇਂ ਆ ਫੇਰ ਤਾਂ ਬੰਦੇ ਦੀ ਤਿਆਰੀ ਹੁੰਦੀ ਆ ਇੱਕ ਤਾਂ ਘੋੜਾ ਨਹੀਂ ਸੀ ਤਿਆਰ ਕੀਤਾ ਵਾ ਇਹ ਤਾਂ ਅਸੀਂ ਪੈੇ ਠਾਲੇ ਸੁੱਤੇ ਤੇ ਜਿਹੜਾ ਤੁਹਾਨੂੰ ਘੋੜਾ ਦਿਖਾਉਣਾ ਨਾ ਇਹ ਮੱਝੂ ਕੇ ਲਾਈਨ ਦਾ ਘੋੜਾ ਇਹਦਾ ਨਾਮ ਵੀ 나ਗ ਆ ਇਹ 나ਗ ਦਾ ਪੋਤਰਾ ਏ ਜਿਹੜਾ ਮੱਝੂ ਕੇ ਲਾਈਨ ਦਾ 나ਗ ਘੋੜਾ ਸੀ ਉਹਦਾ ਪੋਤਰਾ ਤੇ ਬਾਈ ਪਾਲੀ ਤੂਰ ਕੋਲੇ ਆ ਸਵੱਦੀ ਕਲਾਂ ਵਾਲੇ ਕੋਲੇ ਆ ਤੁਹਾਨੂੰ ਦੇਸੀ ਰਿਆ ਫੋਟੋ ਵਾਲੀ ਤਾਂ ਗੱਲ ਅਲੱਗ ਹੁੰਦੀ ਆ ਤੇ ਘੋੜਾ ਤੁਹਾਨੂੰ ਚੰਗੀ ਤਰ੍ਹਾਂ ਦਿਖ ਰਿਹਾ ਪਰ ਮੈਨੂੰ ਲੱਗਦਾ ਵੀ ਘੋੜੇ ਦੇ ਹਿਸਾਬ ਨਾਲ ਮੈਂ ਜਿਹੜੀ ਵੀਡੀਓ ਬਣਾਉਣੀ ਚਾਹੁੰਦਾ ਸੀ ਜਾਂ ਜਿਵੇਂ ਮੇਰੀ ਸੋਚ ਆ ਮੈਂ ਆਪਣੀ ਸੋਚ ਮੁਤਾਬਕ ਹਾਂ ਇਹਦੀ ਵੀਡੀਓ ਨਹੀਂ ਬਣਾ ਸਕਿਆ ਬਸ ਇਸ ਗੱਲ ਦਾ ਮੈਨੂੰ ਦੁੱਖ ਜਿਹਾ ਜ਼ਰੂਰ ਆ ਪਰ ਫਿਰ ਵੀ ਜਿਵੇਂ ਕਹਿੰਦੇ ਹੁੰਦੇ ਆ ਜਿਹੜੀ ਚੀਜ਼ ਵਿਖਾਉਣ ਵਾਲੀ ਆ ਫਿਰ ਉਹ ਦੱਸ ਹੀ ਜਾਂਦੀ ਆ ਤੇ ਆ ਘੋੜਾ ਤੁਸੀਂ ਦੇਖ ਸਕਦੇ ਆ ਇਹ ਬਾਈ ਪਾਲੂ ਪਾਲੀ ਤੂਰ ਕੋਲ ਆ ਤੇ ਘੋੜੇ ਦਾ ਸੁਭਾਅ ਵੀ ਓਨਾ ਹੀ ਨਰਮ ਆ ਜਿਵੇਂ ਮੈਂ ਬਗਾਨਾ ਬੰਦਾ ਸੀ ਥੋੜਾ ਜਿਆ ਤਾਂ ਉਹਦਾ ਬਣਦਾ ਵੀ ਆ ਹੱਕ ਖਰਾਖਾਂ ਦਾ ਜ਼ੋਰ ਦਿਖਾਉਣਾ ਮੇਰੇ ਤੇ ਤੇ ਪਰ ਫੇਰ ਵੀ ਪੂਰਾ ਨਰਮ ਤੇ ਮਲਾਪੜਾ ਸੁਭਾਅ ਹੈ ਆਪਦੇ ਮਾਲਕ ਕਰਗਾ ਜਿਵੇਂ ਕਹਿ ਸਕਦੇ ਆ ਆਪਾਂ ਵੀ ਆਪਦੇ ਮਾਲਕ ਤੇ ਹੀ ਗਿਆ ਜਾਂ ਇਹ ਕਹਿ ਲੋ ਵੀ ਉਹਦੀ ਸੰਗਤ ਚ ਰਹਿ ਕੇ ਸਿੱਖ ਗਿਆ ਤੇ ਬਾਈ ਪਾਲੀਤੂਰ ਦਾ ਨੰਬਰ ਤੁਹਾਡੇ ਸਾਹਮਣੇ ਆ ਠੀਕ ਆ ਇਹ ਬਰੀਡਿੰਗ ਲਈ ਰੈਡੀ ਆ ਘੋੜਾ ਜੇ ਕੋਈ ਸੱਜਣਾ ਮੱਝੂ ਕੇ ਲਾਈਨ ਦੇ ਵਿੱਚੋਂ ਚੰਗੀ ਬਰੀਡ ਚਾਹੁੰਦਾ ਤੇ ਉਹ ਬਾਈਪਾਲੀ ਤੂਰ ਦੇ ਨਾਲ ਸੰਪਰਕ ਕਰ ਸਕਦਾ ਤੇ ਘੋੜੇ ਦੀ ਤਿਆਰੀ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਇੰਨਾ ਸਾਂਭ ਕੇ ਰੱਖਣਾ ਤੇ ਇੰਨੇ ਕਾਲੇ ਰੰਗ ਨੂੰ ਇੰਨਾ ਕਾਲਾ ਰੰਗ ਰੱਖਣਾ ਇਹ ਘੋੜਿਆਂ ਵਾਲਿਆਂ ਨੂੰ ਹੀ ਪਤਾ ਹੈ ਤੇ ਵੀ ਕਿਵੇਂ ਰੱਖਿਆ ਜਾਂਦਾ ਨਹੀਂ ਆਮ ਤੌਰ ਤੇ ਤਾਂ ਜਿਹੜਾ ਕਾਲਾ ਤੇ ਚਿੱਟਾ ਰੰਗ ਹੁੰਦੇ ਆ ਨਾ ਇਹ ਬਹੁਤ ਨਾਜ਼ੁਕ ਹੁੰਦੇ ਆ ਇਹ ਫੱਟ ਜੇ ਜਾਂਦੇ ਆ ਇਹ ਕਰੰਟ ਤੁਹਾਨੂੰ ਦਿਸੀ ਜਾਂਦਾ ਵੀ ਕਰੰਟ ਤਾਂ ਹੁਣ ਦੱਸਣ ਦੀ ਲੋੜ ਨਹੀਂ ਦਿਸੀ ਜਾਂਦਾ ਜਿੰਨਾ ਕਿ ਜਾਨਵਰ ਦੇ ਵਿੱਚ ਹੈਗਾ ਤੇ ਮਾਲਕ ਦੀ ਸੇਵਾ ਦੱਸਦੀ ਆ ਤੇ ਬਾਈ ਪਾਲੀ ਤੂਰ ਬਾਰੇ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸ ਦਿੰਨਾ ਕਿ ਬੰਦਾ ਘੈਂਟ ਆ ਘੋੜਿਆਂ ਦਾ ਉਹਨੂੰ ਫੁੱਲੀ ਨਸ਼ਾ ਬਾਕੀ ਤੁਸੀਂ ਜਿਹੜੀ ਚੀਜ਼ ਵੇਖਣ ਵਾਲੀ ਹੁੰਦੀ ਆ ਮੱਝੂ ਕਿਆਂ ਵਾਲੇ ਰਵੇ ਤਾਂ ਰਵਾ ਤਾਂ ਜਿਹੜਾ ਹੈਗਾ ਉਹ ਤਾਂ ਪੈਰਾਂ ਪੂਰਾ ਤੇ ਸਿਆਣਿਆ ਜਾਂਦਾ ਤੇ ਸੁੰਬ ਸੁੰਬ ਤੁਸੀਂ ਵੇਖ ਹੀ ਲਿਆ ਘੋੜੇ ਦੇ ਬਾਕੀ ਗਰਦਨ ਤੇ ਮੈਨੂੰ ਸਭ ਤੋਂ ਪਿਆਰੀ ਚੀਜ਼ ਇਹਦੀ ਇਹ ਲੱਗੀ ਆ ਕਿ ਇਹਦੇ ਰੰਗ ਦੇ ਵਿੱਚ ਮਤਲਬ ਕਮਾਲ ਦੀ ਚਮਕ ਆ ਵੇਖਣ ਵਾਲੇ ਨੂੰ ਐਂ ਲੱਗਦਾ ਜਿਵੇਂ ਤੇਲ ਲੱਗਿਆ ਹੁੰਦਾ ਆ ਦੇਖੋ ਮੇਰੀ ਚਿੱਟੀ ਸ਼ਰਟ ਆ ਤੇ ਮੈਂ ਘੋੜੇ ਦੇ ਨਾਲ ਲੱਗਦਾ ਆਂ ਆ ਇਹ ਤੇਲ ਵਗੈਰਾ ਲੱਗਿਆ ਹੁੰਦਾ ਤਾਂ ਮੈਨੂੰ ਜ਼ਰੂਰ ਲੱਗ ਜਾਣਾ ਸੀਗਾ ਤੇ ਘੋੜੇ ਦੀ ਮਤਲਬ ਘੋੜੇ ਦੇ ਪਿੰਡੇ ਦੇ ਵਿੱਚ ਹੀ ਚਮਕਾ ਐਵੇਂ ਕਹਿ ਸਕਦੇ ਨੇ ਵੀ ਸੰਭਾਲਾ ਉਹ ਜਿਹੜੀ ਘੋੜੀ ਤੁਹਾਨੂੰ ਖੜੀ ਦਿਖਦੀ ਹੈ ਨੀਲੀ ਉਹ ਇਹਦੀ ਮਾਂ ਹੈ ਘੋੜੇ ਦੀ ਇਹਦੀ ਮਾਂ ਬਾਈ ਦੇ ਘਰੇ ਹੀ ਆ ਤੇ ਬਾਕੀ ਮਤਲਬ ਨਾ ਕੁੱਲ ਸ਼ੌਂਕ ਦਾ ਮੁੱਲ ਆ ਤੇ ਜੋ ਮੈਂ ਬਾਈ ਪਾਲੀ ਨੂੰ ਮਿਲ ਕੇ ਇੱਕ ਗੱਲ ਦਾ ਮੈਨੂੰ ਪਤਾ ਲੱਗ ਗਿਆ ਵੀ ਉਹ ਬੰਦਾ ਕਿਸੇ ਤੋਂ ਨਾ ਐਵੇਂ ਭੇਤ ਜੇ ਲਕੋ ਕੇ ਰੱਖਣ ਵਾਲਾ ਬੰਦਾ ਨਹੀਂਗਾ ਜੇ ਕਿਸੇ ਸੱਜਣ ਨੇ ਜਣੀ ਦਾ ਕੋਈ ਸਲਾਮ ਅਸ਼ਵਰਾ ਵੀ ਕਰਨਾ ਹੁੰਦਾ ਕਿਸੇ ਘੋੜੇ ਪ੍ਰਤੀ ਜਾਂ ਘੋੜੀ ਪ੍ਰਤੀ ਕੋਈ ਗੱਲਬਾਤ ਪੁੱਛਣੀ ਆ ਤੇ ਬਾਈ ਨੂੰ ਜਦੋਂ ਮਰਜ਼ੀ ਫੋਨ ਲਾ ਲਿਓ ਆ ਤੁਹਾਡੇ ਕੋਲੇ ਨੰਬਰ ਆ ਤੇ ਬਾਈ ਤੁਹਾਨੂੰ ਵਧੀਆ ਰਹਿ ਦੇਊਗਾ ਜਿੰਦੇ ਇਸ ਗੱਲ ਦਾ ਮੈਨੂੰ ਮਾਣ ਹੀ ਆ ਬਾਈ ਨੂੰ ਮਿਲ ਕੇ ਬਾਈ ਦੇ ਸੁਭਾ ਨੂੰ ਦੇਖ ਕੇ ਇਸ ਗੱਲ ਦਾ ਜਣੀ ਦਾ ਅੰਦਾਜ਼ਾ ਜਿਹਾ ਹੋ ਗਿਆ ਕੇ ਬੰਦਾ ਕਿਸ ਹਿਸਾਬ ਕਿਤਾਬ ਦਾ ਤੇ ਘੋੜਾ ਤੁਹਾਨੂੰ ਦੇ ਸੀ ਰਿਆ ਵੀ ਕੀ ਚੀਜ਼ ਆ ਜੇ ਕੋਈ ਵੀ ਬੰਦਾ ਜਿਹੜਾ ਮੁੱਲਾਪੁਰ ਏਰੀਏ ਦਾ ਲੁਧਿਆਣੇ ਏਰੀਏ ਦਾ ਤੇ ਕਿਸੇ ਨੂੰ ਮਾਰਵਾੜੀ ਦੀ ਚੰਗੀ ਬਰੀਡ ਚਾਹੀਦੀ ਆ ਉਹ ਬਾਈ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਬਾਈਆਂ ਬਾਈ ਦਾ ਇੱਕ ਜਾਨਵਰ ਆ ਹੋਰ ਵੀ ਰੱਖਿਆ ਬਾਂਦਰ ਤੇ ਜੇ ਕਿਸੇ ਨੂੰ ਬਾਂਦਰ ਚਾਹੀਦਾ ਹੋਇਆ ਉਹ ਵੀ ਬਾਈ ਪਾਲੀ ਤੂਰ ਨੂੰ ਫੋਨ ਕਰ ਲਿਓ ਹੋ ਸਕਦਾ ਤੁਹਾਨੂੰ ਦੇਈ ਦੇਵੇ ਕਿਉਂਕਿ ਭਾਈ ਆਂਦਾ ਸੀਗਾ ਵੀ ਸੰਭਿਆ ਨਹੀਂ ਜਾਂਦਾ ਆਹ ਦੇਖੋ ਘੋੜੇ ਨੇ ਦੰਦੀ ਵੱਢੀ ਉਹਦੇ ਤੇ ਹੁਣ ਉਹ ਰੋ ਮਾਰਦਾ ਘੋੜੇ ਤੇ ਉਹ ਦੇਖੋ ਹੁਣ ਗੱਲ ਦੱਸ ਕੇ ਉਹਨੂੰ ਸਮਝਾ ਕੇ ਆਊਗਾ ਕਿ ਭਾਈ ਸਾਹਿਬ ਇੱਥੇ ਚੌਧਰ ਕਿਹਦੀ ਚੱਲਦੀ ਐ ਹੌਸ ਹੌਸ ਘੋੜਾ ਕਹਿੰਦਾ ਮੈਂ ਘਰ ਦਾ ਮਾਲਕਾਂ ਤੇ ਉਹ ਕਹਿੰਦਾ ਮੈਂ ਮਾਲਕਾਂ ਤੇ ਹੁਣ ਅੱਜ ਕੱਲ੍ਹ ਥੋੜਾ ਜਿਹਾ ਹੈ ਬਾਂਦਰਾਂ ਨਾਰਾਂ ਘੋੜੇ ਦਾ ਤਿਉਹ ਬਹੁਤ ਕਰਦਾ ਬਹੁਤ ਜ਼ਿਆਦਾ ਕਰਦਾ ਦੂਜੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਕਰਦਾ ਘੋੜੇ ਦਾ ਤਿਉਹ ਕਰਦਾ ਖੈਰ ਘੋੜੇ ਨਾਲ ਆੜੀ ਵੀ ਪੂਰੀ ਆ ਆ ਬਸ਼ੇਰੇ ਨੂੰ ਤਾਂ ਤੰਗ ਕਰਦਾ ਆ ਬਾਈ ਕੋਲੇ ਇੱਕ ਬਸ਼ੇਰਾ ਬਹੁਤ ਸੋਹਣਾ ਇਹ ਇਸ ਘੋੜੇ ਦਾ ਭਰਾ ਹੀ ਆ ਮਾਂ ਵੱਲੋਂ ਤੇ ਜਿਹਨਾਂ ਦਾ ਘੋੜੀ ਬਾਈ ਕੋਲੇ ਇੰਨੀ ਚੰਗੀ ਆ ਵੀ ਸਾਹ ਨਹੀਂ ਜਾਂਦੀ ਆ ਬਸ਼ੇਰਾ ਉਹ ਵੀ ਬਹੁਤ ਚੰਗਾ ਬਣੂਗਾ ਕਿਸੇ ਵਕਤ ਨਾਮੀ ਘੋੜਾ ਬਣੂਗਾ ਜੋ ਉਹ ਘੋੜੇ ਦੇ ਅੱਜ ਬਸ਼ੇਰੇ ਦੇ ਹਾਲਾਤ ਆ ਤੇ ਆਹ ਬਾਂਦਰ ਵੀ ਜੇ ਚਾਹੀਦਾ ਹੋਇਆ ਕਿਸੇ ਨੂੰ ਬਾਈ ਬਣ ਕੇ ਸੰਪਰਕ ਕਰ ਲਿਓ ਪਰ ਹਾਂ ਐਵੇਂ ਨਾ ਹੋਵੇ ਬਾਈ ਕੋਈ ਚੌੜ ਪਿਆ ਲੈ ਜੇ ਤੇ ਮੁੜ ਕੇ ਵਿਚਾਰਾ ਭੁੱਖਾ ਮਰ ਜੇ ਤਾਂ ਸਰਾਫ ਲੱਗੇ ਤੇ ਜਾਂ ਡਾਂਗਾ ਨਾ ਕੁੱਟ ਦੇ ਫਿਰੂੰ ਇਹ ਹੁੰਦਾ ਜਾਨਵਰ ਜਿਹੜੀ ਬਾਂਦਰ ਜਾਤਾ ਜਿਹਨੇ ਨਹੀਂ ਰੱਖੀ ਤੇ ਉਹਨੂੰ ਦੇਖਣ ਨੂੰ ਇਲਤਾਂ ਜਿਹਾ ਕਰਦਾ ਚੰਗਾ ਲੱਗਦਾ ਪਰ ਇਹ ਸਾਹਮਣੇ ਬਹੁਤ ਔਖੇ ਆ ਇਹ ਘੋੜਿਆਂ ਨਾਲੋਂ ਵੀ ਸਾਹਮਣੇ ਔਖੇ ਆ ਇਹ ਐਡੇ ਇਲਤੀ ਹੁੰਦੇ ਆ ਪਰ ਜਿੰਨਾ ਇਲਤੀ ਬਾਂਦਰਾ ਤੇ ਘੋੜਾ ਉਨਾ ਹੀ ਸਿਆਣਾ ਆ ਦੇਖੋ ਜਵਾਕਾਂ ਨਾਲ ਬਹੁਤ ਮਲਾਪੜਾ ਸੁਭਾਅ ਏ ਮੇਰੇ ਹਿਸਾਬ ਨਾਲ ਬਾਈ ਪਾਲੀ ਵਰਗਾਈ ਸੁਭਾਅ ਘੋੜੇ ਦਾ ਆ ਮੇਰੇ ਜਵਾਕ ਆ ਦੇਖੋ ਉਹਨੂੰ ਇਲਤਾ ਕਰਦੇ ਸੀ ਘੋੜੇ ਦੇ ਨਾਲ ਤੇ ਪਰ ਨਹੀਂ ਘੋੜੇ ਨੇ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਐਗਰੈਸ਼ਨ ਨਹੀਂ ਦਿਖਾਇਆ ਬੰਦਿਆਂ ਪ੍ਰਤੀ ਜੋ ਘੋੜਿਆਂ ਦੇ ਵਿੱਚ ਆਮ ਤੌਰ ਤੇ ਹੁੰਦਾ ਵੀ ਬਗਾਨੇ ਬੰਦੇ ਨੂੰ ਘੋੜਾ ਕਈ ਵਾਰੀ ਪੈ ਨਿਕਲਦਾ ਤੇ ਪਰ ਨਹੀਂ ਇਹਦੇ ਚ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਸੀਗੀ ਤੇ ਆ ਤੁਸੀਂ ਬੋਡੀ ਸਟਰਕਚਰ ਘੋੜੇ ਦਾ ਦੇਖ ਸਕਦੇ ਆ ਬਾਕੀ ਸੰਬਾਂ ਸੰਬਾਂ ਲਈ ਨਿਗਾਹ ਮਾਰ ਸਕਦੇ ਆ ਬਾਕੀ ਜੇ ਕਿਸੇ ਹੋਰ ਸੱਜਣ ਨੂੰ ਕੋਈ ਹੋਰ ਘੋੜੇ ਬਾਰੇ ਪੁੱਛਣਾ ਹੋਵੇ ਘੋੜੇ ਦੀ ਡਿਟੇਲ ਪੁੱਛਣੀ ਹੋਵੇ ਤਾਂ ਬਾਈ ਤਾਰੇ ਬਾਈ ਪਾਲੀ ਤੂਰ ਨੂੰ ਤੁਸੀਂ ਫੋਨ ਲਾ ਲਿਓ